ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਚੇਅਰਮੈਨ ਕ੍ਰਿਸ਼ਨ ਕੁਮਾਰ ਜੀ ਐਸਐਸ ਬੋਰਡ ਨੂੰ ਯਾਦ ਕਰਾਉਣਾ ਚਾਹੁੰਦਾ। ਤੁਸੀਂ ਅੱਜ ਤੋਂ ਸਾਲ ਕੁ ਪਹਿਲਾਂ ਇੱਕ ਵੀਡੀਓ ਦੀਆਂ ਪੋਸਟਾਂ ਭਰਵਾਈਆਂ ਸੀਗੀਆਂ ਜਿਹਦੇ ਵਿੱਚ ਲੱਖਾਂ ਲੋਕਾਂ ਲੱਖਾਂ ਬੱਚਿਆਂ ਨੇ ਫਾਰਮ ਭਰੇ ਆ, ਫੀਸਾਂ ਭਰੀਆਂ, ਪਰ ਉਸ ਪੋਸਟ ਦਾ ਕੋਈ ਵਾਹੀਤਾਈ ਨਹੀਂ ਹੈਗੀ। ਕੋਈ ਪੇਪਰ ਬਾਰੇ ਕੋਈ ਉਹਦੀ ਨਿਊਜ਼ ਨਹੀਂ ਆ ਰਹੀ, ਕੋਈ ਐਡਮਿਟ ਕਾਰਡ ਨਹੀਂ ਆ ਰਹੇ, ਕੋਈ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਉਹ ਪੋਸਟਾਂ ਕੰਟੀਨਿਊ ਹੋਣਗੀਆਂ ਕਿ ਨਹੀਂ ਹੋਣਗੀਆਂ। ਬੱਚੇ ਲਗਾਤਾਰ ਫੀਸਾਂ ਭਰ ਭਰ ਕੇ ਇੰਸਟੀਟਿਊਟ ਵਿੱਚ ਤਿਆਰੀ ਕਰਦੇ ਪਏ ਆ, ਵੇਟ ਕਰਦੇ, ਪਰ ਹਾਲ ਤੱਕ ਕੋਈ ਗੌਰਮੈਂਟ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ। ਚੇਅਰਮੈਨ ਸਾਹਿਬ ਨੂੰ ਬੇਨਤੀ ਆ ਐਸਐਸ ਬੋਰਡ ਥਰੂ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ, ਪੇਪਰ ਲਿਆ ਜਾਵੇ ਜਾਂ ਪੇਪਰ ਕੈਂਸਲ ਕਰ ਦੇਣਾ ਆ ਉਹਦੇ ਬਾਰੇ ਵੀ ਸਪਸ਼ਟ ਦੱਸਦਾ ਜਾਵੇ ਤਾਂ ਜੋ ਬੱਚੇ ਆਪਣੀ ਪੜ੍ਹਾਈ ਛੱਡ ਕੇ ਕੋਈ ਹੋਰ ਪੜ੍ਹਾਈ ਕਰ ਸਕਣ। ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਕਰਦੇ ਆ ਰਹੇ ਆ ਵੀਡੀਓ ਦੀਆਂ ਪੋਸਟਾਂ ਦਾ, ਜਾਂ ਉਹਦਾ ਐਗਜ਼ਾਮ ਲਿਆ ਜਾਵੇ ਜਾਂ ਕਲੀਅਰਲੀ ਦੱਸਦਾ ਜਾਵੇ ਵੀ ਇਹ ਪੇਪਰ ਨਹੀਂ ਹੋਏਗਾ ਜਾਂ ਦੁਬਾਰਾ ਫਾਰਮ ਭਰੇ ਜਾਣਗੇ, ਇਹਦੇ ਬਾਰੇ ਸਪਸ਼ਟ ਗੌਰਮੈਂਟ ਕੋਈ ਨੋਟੀਫਿਕੇਸ਼ਨ ਜਾਰੀ ਕਰੇ। ਠੀਕ ਹੈ, ਥੈਂਕ ਯੂ।